ਪੁੱਤ ਬੜੀ ਦਰਦ ਹੋਣ ਡੀ ਲੱਤ ਨੂੰ। ਉਹ ਪੁੱਤ ਨਾ 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 ਨਾ, ਹੋਰ ਪੀੜ ਹੋਣੀ ਆ, ਇਹਨੂੰ ਤੂੰ ਹੱਥ ਨਾ ਲਾਈ, ਮੇਰਾ ਪੁੱਤ ਬਹਿ ਜਾ ਕੁਰਸੀ ਤੇ। ਹਾਏ ਕੀ ਤੁਸੀਂ ਰਿੰਗੀ ਜਾਣ ਡੇ ਜੇ ਦਵਾਈ ਦਵਾਈ ਤੇ ਹੈਗੀ ਆ। ਅੰਮਾ ਜੇ ਪਾਪਾ ਨੂੰ ਮੰਜੇ ਦੇ ਪਏ ਤੀ ਇਹਨਾਂ ਨੂੰ ਗੁੱਸੇ ਨਾਲ ਕਾਤੇ ਬੋਲਣ ਡੇ ਆ। ਤੇ ਪੁੱਤ ਜਦੋਂ ਤੇਰਾ ਪਾਪਾ ਤੁਰਦਾ ਫਿਰਦਾ ਉਦੋਂ ਜਦੋਂ ਮੈਨੂੰ ਗੁੱਸੇ ਨਾਲ ਬੋਲਦਾ ਹੁੰਦਾ ਸੀ ਤੇ ਉਦੋਂ ਨਹੀਂ। ਚੁੱਪ ਕਰ ਜਾ, ਮੈਂ ਤੈਨੂੰ ਦੱਸ ਆਈ ਹੋ, ਮੇਰੀ ਲੱਤ ਸਹੀ ਹੋ ਗਈ, ਮੈਂ ਤੇਰੀ ਤੋੜ ਦੇਣੀ ਹੋ। ਮੈਂ ਸੁਣ ਲਾ ਸਮਰੀਤ, ਸੁਣ ਲੈ ਪਾਪਾ ਤੁਸੀਂ ਚੁੱਪ ਰਹੋ। ਠੀਕ ਆ ਪੁੱਤ। ਹਾਂ ਠੀਕ ਆ, ਰਿੰਗੀ ਜਾਂਦੇ ਬੈਠੇ ਬੰਦਾ ਸਬਰ ਕਰ ਲੈਂਦਾ। ਹੁਣ ਹੁਣ ਮੈਂ ਕੀ ਕਰਦਾ? ਹਾਏ ਤੇ ਪੀੜ ਹੋਣ ਡਈ, ਮੈਂ ਕਿਹੜਾ ਸੁੱਕ ਸੁੱਕ ਕਾਂਡਿਆ ਵਾ, ਮੈਂ ਹਾਏ ਹਾਏ ਕਾਂਡਿਆ ਵਾ। ਕੁੜੀ ਨੂੰ ਵਿਚਾਰੀ ਨੂੰ ਨਾਲ ਦਿੱਤਾ ਭਾਈ, ਮਾਸਾ ਵੀ ਜਿੰਨਾ ਉਹਦਾ ਵੀ ਮੂੰਹ ਹੋ ਗਿਆ ਵਾ ਲਾਗੇ ਵਿੱਚ। ਮੈਂ ਕੀ ਕਰਾਂ, ਮੇਰੇ ਦਰਦ ਹੁੰਦੇ। ਉਹਨੂੰ ਭੇਜ ਦੇ ਉਧਰ, ਭੇਜ ਦੇ ਪਰਲੇ ਕਮਰੇ ਚ। ਤੇ ਉਹ ਜਾਂਦੀ ਨਹੀਂ, ਉਹ ਕਹਿੰਦੀ ਨੇ ਪਾਪਾ ਲਾਗੇ ਹੀ ਬਹਿਣਾ ਵਾ। ਜਾ ਉਧਰ ਖੇਡ ਤੂੰ ਜਾ ਕੇ। ਨਹੀਂ ਹਾਏ ਓਏ, ਕੁੜੀ ਵੀ ਇੱਕ ਨਾ ਗੱਲ ਨਹੀਂ ਮੰਨਦੀ। ਤੈਨੂੰ ਕੌਣ ਕਹਿੰਦਾ ਮੇਰਾ ਤੂੰ ਬਿਪਤਾ ਚੱਲ ਜਾਂ ਭੱਜ ਇੱਥੋਂ, ਮੇਰੇ ਲਾਗੋ ਸਿਰ ਖਾਈ ਜਾਂਦੀ ਆ। ਬੈਠਾ ਵੀ ਨਹੀਂ ਟਿਕਦਾ, ਵੀ ਲੰਮੇ ਪਿਆ ਟਿਕ ਜਾ ਕਿਤੇ। ਮੈਂ ਨੀ, ਕੁੜੀ ਇਹਨੂੰ ਲੈ ਜਾ ਉਧਰ, ਜਾਓ ਚੱਲ ਜਾਓ ਦੋਵੇਂ ਜਾਣੀਆ, ਜਾਓ ਮੇਰਾ ਪੁੱਤ, ਮੇਰੇ ਬੜੀ ਪੀੜ ਹੋਣ ਡਈ ਓ। ਐਡੀ ਸਾਰੀ ਹੋ ਗਈ ਇੰਨੀ ਗਈ ਜਿੱਤ, ਤੂੰ ਆਈ ਭੈਣ ਜੀ? ਆਈ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂ ਕੀ ਲੋੜਾ ਵੱਜ ਗਿਆ, ਮੇਰੇ ਪੁੱਤ ਨੂੰ ਸੱਟ ਲੱਗ ਗਈ, ਮੈਂ ਤੇ ਫੋਨ ਸੁਣ ਕੇ ਉਸੇ ਵੇਲੇ ਭੱਜੀ ਆਈ, ਮੈਨੂੰ ਤਾਂ ਕੁਛ ਸੋਝਿਆ ਔੜਿਆ ਨਹੀਂ ਆ। ਇਤਰਾ ਹੀ ਪਤਾ ਨਹੀਂ ਕੀ ਦਾ ਮੋਟਰਸਾਈਕਲ ਮੰਗ ਲਿਆ ਤੇ ਡਿੱਗ ਪਿਆ ਬਾਹਰ, ਸਾਨੂੰ ਤੇ ਆਪ ਨਹੀਂ ਪਤਾ ਲੱਗਾ। ਸਤਿ ਸ਼੍ਰੀ ਅਕਾਲ ਸਾਬੇ, ਕਿੱਦਾਂ ਠੀਕ ਵਾ? ਹਾਂਜੀ ਠੀਕ ਆ। ਜੋ ਕਿੱਥੇ ਆ? ਆਹੋ ਉਧਰ ਲੰਮੇ ਪਏ। ਸਾਬੀ ਠੀਕ ਵਾ ਪੁੱਤ? ਕਿੱਦਾਂ ਸੱਟ ਲੱਗ ਗਈ ਤੈਨੂੰ? ਹਾਏ ਮੰਮੀ, ਹਾਂ ਕਿਹੜਾ ਕਲੇਰਾ ਹੀ ਤੈਨੂੰ ਸੁੱਟ ਗਿਆ ਮਾਰ ਕੇ? ਹੈਂ ਕਿੱਥੇ ਲੱਗੀ ਸੱਟ ਤੈਨੂੰ? ਲੱਤ ਵਿਖਾ ਮੈਨੂੰ, ਕਿਹੜੀ ਲੱਤ ਵਾ ਤੇਰੀ? ਲੱਤ ਨਹੀਂ ਪੀੜ ਹੁੰਦੀ ਆ, ਨਹੀਂ ਰਹਿੰਦੇ ਲੱਤ। ਪਾਣੀ ਨਹੀਂ ਵਾ ਮੰਮੀ? ਨਹੀਂ ਪਾਣੀ ਨਹੀਂ ਪੀਣਾ ਮੈਂ ਅੱਜ। ਆ ਮੇਰਾ ਪੁੱਤ ਠੀਕ ਵਾ ਤੂੰ? ਪੁੱਤ ਚਾਹ ਚ ਬਣਾ ਪਾਣੀ ਕੀ ਕਰ ਲਾ, ਮੈਨੂੰ ਚਾਹ ਬਣਾ। ਮੈਂ ਤਾਂ ਉਸੇ ਵੇਲੇ ਸੁਣ ਕੇ ਭੱਜੀ ਆ, ਮੈਨੂੰ ਤਾਂ ਕੋਈ ਸੁੱਝਿਆ ਆਉੜਿਆ ਹੀ ਨਹੀਂ ਪੁੱਤ। ਹੁਣ ਤਾਂ ਠੀਕ ਵਾ, ਪਹਿਲਾਂ ਤੇ ਜ਼ਿਆਦਾ ਹੀ ਵਾ, ਜ਼ਿਆਦਾ ਤੇ ਨਹੀਂ ਲੱਗੀ ਮੇਰੇ ਪੁੱਤ ਸੱਟ? ਕਿੱਦਾਂ ਲੱਗ ਗਈ ਤੈਨੂੰ? ਆਪਰੇਸ਼ਨ ਹੋਣਾ, ਅੱਜ ਰਾੜ ਪੈਣੀ ਆ, ਪੈਸਾ ਪੂਆ ਕੋਈ ਕਰ ਲੋ ਜਗਾੜ ਕੋਈ। ਪੁੱਤ ਪੈਸੇ ਮੈਂ ਲਿਆਈ ਆ, ਆਵੇ ਪੈਸੇ ਮੈਂ ਕਿੰਨੇ ਲੈ ਕੇ ਆਈ ਆ? ਕਿੰਨੇ ਲਿਆਂਦੇ ਆ ਵੇਖਾਂ ਪੁੱਤ, ਲੱਖ ਦੇ ਲੱਖ ਪਾ ਤੇ ਮੈਂ ਕਿਹੜਾ ਉੱਥੇ ਗਿਣੇ ਸੀ ਲੱਖ? ਕਿੱਥੋਂ ਇਹ ਕਿੱਥੋਂ ਲੱਖ ਆ? ਜਿੰਨੇ ਮੈਂ ਇਕੱਠੇ ਕੀਤੇ ਲੈ ਲੈ 60,000 ਰੁਪਈਆ ਕਿਤੇ
ਇਹਨੇ ਥੋੜੀ ਲੱਗਣੇ 2-2.5 ਲੱਖ ਰੁਪਇਆ ਲੱਗਣਾ ਮੇਰੇ ਤੇ। ਕੋਈ ਨੀ ਪੁੱਤ, ਮੈਂ ਹੋਰ ਇਕੱਠੇ ਕਰ ਦੂੰਗੀ, ਆਰਤੀ ਕੋ ਲੈ ਆਉਂਗੀ, ਤੂੰ ਕਾ ਫਿਕਰ ਕਰਦਾ ਹਾਂ। ਕੋਈ ਨੀ, ਕੋਹਾ ਹੀ ਕੀਤੇ ਆ ਹੈਗੇ ਆ ਭੈਣ ਜੀ, ਭਾਵੇਂ ਇੰਨਾ ਹੀ ਬੜਾ ਵਾ ਜਿਹੜੀ ਤੁਸੀਂ ਆ ਗਏ ਹੋ, ਉਹਦੇ ਬੰਦੇ ਦਾ ਬੰਦਾ ਹੀ ਕਰ ਦੂੰਗਾ। ਭੈਣ ਜੀ ਮੇਰੀ ਤੇ ਜਾਨ ਨਿਕਲ ਗਈ ਪੁੱਤ ਵਾਰ ਦੀ। ਕੱਲ ਤਾਂ ਇਹਨਾਂ ਨੇ ਖੜਿਆ, ਗੱਡੀ ਗੁੱਡੀ ਸੱਦੋ ਮੈਨੂੰ ਲੈ ਜਾਓ ਕਿਤੇ। ਕੱਲ ਤਾਂ ਫਿਰ ਪੈਸੇ ਥੋੜੇ ਨਹੀਂ ਖੜਿਆ ਕਿ ਪੈਸੇ ਥੋੜੇ ਸੀਗੇ। ਕੋਈ ਗੱਲ ਨੀ, ਮੈਂ ਹੋਰ ਇਕੱਠੇ ਕਰ ਲੂੰਗੀ। ਮੈਂ ਤੇ ਕੰਜੂਸੀ ਕਰ ਕਰ ਕੇ ਇੰਨੇ ਕ ਜਮਾ ਕੀਤੇ ਸੀ, ਮੈਨੂੰ ਕੀ ਪਤਾ ਸੀ ਮੇਰੇ ਪੁੱਤ ਦੇ ਉੱਤੋਂ ਦੀ ਲੱਗ ਜਾਣੇ ਆ। ਕੰਜੂਸੀ ਨਾ ਕਰਿਆ ਕਰ, ਸਹੀ ਕੰਮ ਤੇ ਜੋੜੇ ਹੀ ਨਹੀਂ ਤੇ ਮਾੜੇ ਕੰਮ ਤੇ ਵਰਤੂਗੀ। ਮੈਂ ਥੋੜਾ ਸੋਚਿਆ ਸੀ ਮਾੜੇ ਕੰਮ ਤੇ ਲਾਉਂਗੀ, ਮੈਂ ਤਾਂ ਕਿਹਦਾ ਕਰ ਜਾਂਦਾ ਕਾਫੀ ਕੋ। ਚਲੋ ਪੈਸਾ ਹੋਣ ਤੇ ਕੰਮ ਆਏ, ਮੈਂ ਤਾਂ ਪੁੱਤ ਤੇਰੀ ਕੋ ਖਾਣ ਨੂੰ ਲਿਆਉਣਾ ਸੀ, ਕੋਈ ਫਲ ਫੁੱਲ ਲੈ ਕੇ ਆਉਣਾ ਸੀ। ਮੇਰੇ ਕਿੰਨਾ ਦਿਨ ਹੋ ਗਿਆ ਤੇਰੇ ਦਿਲ ਦੇ ਵਿੱਚ ਮੇਰੇ ਚ ਆਉਂਦੇ ਜਾ ਰਹੀ। ਸਾਬੀ ਨੂੰ ਮਿਲ ਕੇ ਆਵਾਂ, ਮੈਂ ਸਾਬੀ ਨੂੰ ਮਿਲ ਕੇ ਆਵਾਂ, ਮੈਨੂੰ ਕੀ ਪਤਾ ਸੀ ਕਿ ਤੈਨੂੰ ਸੱਟ ਲੱਗ ਜਾਣੀ ਆ। ਮੁੰਡੇ ਦੀ ਜਾਨ ਨਿਕਲਦੀ ਕਿੱਦਾਂ ਭੀੜ ਦੇ ਨਾਲ, ਮੁੰਡਾ ਲੱਗਾ ਹੋ ਗਿਆ। ਸਾਬੀ ਤੈਨੂੰ ਮੈਂ ਕਦੋਂ ਦੀ ਆਖਣ ਡਈ ਹਾਂ ਪੁੱਤ ਆ ਜੀ ਮੇਰੇ ਕੋਲ, ਤੂੰ ਕਿਉਂ ਨਾ ਆਇਆ ਹੈਂ? ਹਾਏ ਮੈਂ ਤਾਂ ਲੁੱਟੀ ਗਈ, ਮਾਰੀ ਗਈ, ਕੀ ਹੋ ਗਿਆ ਤੈਨੂੰ? ਵੇਖ ਮੰਮੀ ਫੱਫੇ ਕੁੱਟਣੀ ਵਾਲੇ ਦੇ ਵੱਲ ਕੀ ਡਈ ਉਹ ਕਰਨ, ਇਹਦੀਆਂ ਇਹੀ ਗੱਲਾਂ ਨੀ ਮੈਨੂੰ ਚੰਗੀਆਂ ਲੱਗਦੀਆਂ। ਫਰੂਟ ਲਿਆਈ ਨੀ ਉਹ ਤੇ ਜਾਣ ਜਾਣ ਕੇ ਸਤਾਈ ਕਰਨ ਡਈ ਓ ਵੀ ਮੈਂ ਲਿਆਉਣਾ ਸੀ ਤੇ ਲਿਆਂਦਾ ਨੀ ਗਿਆ ਮੇਰੇ ਕੋਲ, ਮੈਨੂੰ ਤਾਂ ਆਪਣੇ ਮੁੰਡੇ ਚ ਕੋਈ ਸੁੱਝਿਆ ਹੀ ਨੀ। ਚੱਲ ਕੋਈ ਨੀ, ਉਹਦਾ ਪੁੱਤ ਵਾ ਸੱਟ ਲੱਗੀ ਉਹਦੇ ਪੁੱਤ ਨੂੰ, ਉਹਦਾ ਪੁੱਤ ਮੈਨੂੰ ਤਾਂ ਦੇਖਣ ਡਿਆ ਤੇ ਮੇਰਾ ਕੋਈ ਪੁੱਛਣ ਡਿਆ ਵਾ? ਤੇਰਾ ਪੁੱਤ ਮੈਂ ਜੋ ਹੈਗੀ ਆ ਪੁੱਛਣ ਨੂੰ, ਉਹਦੇ ਮੂੰਹ ਚ ਇੱਕ ਬਗਾਨੀਆਂ ਨੀ ਕੋਈ ਵੀ ਪੁੱਛਦਾ ਹੁੰਦਾ, ਪੁੱਤਾਂ ਵੱਲ ਹੀ ਹੁੰਦਾ ਜ਼ਿਆਦਾ ਧਿਆਨ। ਤੇ ਫਿਰ ਬਗਾਨੀਆਂ ਧੀਆਂ ਨੂੰ ਖੜਦੇ ਕਰ, ਤੂੰ ਖੜਿਆ ਮੈਨੂੰ ਨਾ ਕਰਨ, ਪੋਤੀ ਰੱਖ ਲਿਆ ਕਰਨ ਆਪਣੇ ਕੋਲ। ਤੇ ਇਹ ਨੀ ਨਾ ਸੋਚਣਾ ਹੁੰਦਾ ਜੇ ਆਪਣੀਆਂ ਧੀਆਂ ਹੁੰਦੀਆਂ ਤੇ ਫੇਰ ਇਸ ਤਰ੍ਹਾਂ ਕਰਦੀ ਆ ਦੀਦੀ? ਹੁਣ ਕੀ ਗੱਲ? ਨਹੀਂ ਮੰਮੀ ਕੀ ਗੱਲ, ਮੇਰੇ ਨੀ ਸੱਟ ਲੱਗੀ, ਮੇਰੇ ਆ ਸਿੱਲੇ ਗਏ ਗੋਡੇ ਪੈਰਾਂ ਤੇ ਸੱਟ ਲੱਗੀ, ਸਿਰ ਚ ਸੱਟ ਲੱਗੀ, ਸਿਰ ਮੇਰਾ ਪਾਟਣ ਡਿਆ ਵਾ ਹੈ। ਚੱਲ ਪੁੱਤ ਮੈਂ ਜਾ ਤੈਨੂੰ ਪੁੱਛਦੀ ਆ। ਨਹੀਂ ਪੁੱਛਦੀ ਤੇ ਨਾ ਪੁੱਛੇ, ਨਾ ਪੁੱਛੇ। ਇਹਨੂੰ ਪੈਸੇ ਕਿੰਨੇ ਕਿਹਾ ਸੀ ਤੇ ਲੈ ਕੇ ਵੇ 2.5 ਲੱਖ ਰੁਪਈਏ ਦਾ ਸੁਨਾਹ ਦਿੱਤਾ ਸੀ ਵੀ 2.5-3 ਲੱਖ ਲੈ ਤੇ ਲੈ ਆਈ 50-60 ਹਜ਼ਾਰ ਰੁਪਈਆ। ਇਹਨੇ ਨਾਲ ਕੀ ਬਣਨਾ ਹੁਣ ਦੱਸ, ਮੈਨੂੰ ਕਰਨਾ ਪੈਣਾ ਸਭ ਕੁਛ। ਇੰਨਾ ਸ਼ੁਕਰ ਆ ਮਾਤਾ, ਇਹ ਲੈ ਆਈ ਇੰਨੇ ਕੁ, ਨਹੀਂ ਤੇ ਇੰਨੇ ਵੀ ਨੀ ਲੈ ਕੇ ਆਉਣੇ। ਉਹ ਵੀ ਸੁਨਾਹ ਕੱਲਿਆ ਵਾ ਵੀ ਸੱਟ ਜ਼ਿਆਦਾ ਲੱਗੀ, ਲੱਤ ਟੁੱਟ ਗਈ ਤੇ ਫੇਰ ਪਤਾ ਨੀ ਕਿੱਥੋਂ ਲਿਆਈ ਉਹ ਕਿਤੇ ਜੋੜੇ ਕੱਢ ਕੇ।
ਬਥੇਰੇ ਇਹਨਾਂ ਕੋਲ ਹੈਗਾ ਉਹਦਾ ਕੰਜੂਸੀ ਕਰਦੀ ਕੰਜੂਸ ਹੋਣ ਉਹਨਾਂ ਨੇ ਬਥੇਰੇ ਲਕਾਏ ਲਕਾਏ ਉਹਨਾਂ ਦੇ ਇਹੋ ਜਿਹੇ ਪੈਸਿਆਂ ਨੂੰ ਅੱਗ ਲਾਉਣੀ ਜਦੋਂ ਲੋੜ ਪੈਣੇ ਨੀ ਵਰਤਣਾ ਹੁਣ ਨੀ ਵਰਤਣੇ ਤੇ ਕਦੋਂ ਵਰਤਣੇ ਫਿਰ ਇਹਨਾਂ ਨੇ ਪੈਸੇ ਹੁਣ ਸਾਡੇ ਘਰ ਗਰੀਬੀ ਦੇ ਕਰਕੇ ਹੀ ਆ ਇੱਕ ਹਿਸਾਬ ਦਾ ਵੀਰ ਤੇ ਬਾਹਰੋਂ ਆਪਣਾ ਹੀ ਖਰਚਾ ਕੱਢਣ ਡੇ ਆ ਤੇ ਉਹਦੇ ਕਰਕੇ ਨੀ ਆਪਣਾ ਇਲਾਜ ਕਰਾਉਣ ਡਈ ਆਪਣੇ ਸੱਸ ਲਾਊਗੀ ਹਣੀ ਉੱਥੇ ਉਹ ਵੀ ਬੈਠੀ ਆਪੇ ਸੱਸ ਲਾਊਗੀ ਇਸੇ ਕਰਕੇ ਹੀ ਨਹੀਂ ਤਾਂ ਕੀ ਆ 50-60 ਹਜ਼ਾਰ ਤੇ ਅਗਲੇ ਉਹ ਬਣਾਉਣ ਦੇ ਕਾਪੀ ਬਣਾਉਣ ਦੇ ਲੈ ਲੈਂਦੇ ਆ ਬੰਟੀ ਨੂੰ ਬੰਟੀ ਵੀਰ ਦੀ ਗੱਡੀ ਕਰ ਲੈਣੇ ਆ ਫੋਨ ਹੀ ਕਰ ਲਾ ਫੋਨ ਕਰ ਲੋ ਮੰਨਾ ਨੂੰ ਚਾਹ ਫਫੜੇ ਨਾਲੇ ਮੈਂ ਸੁਣਾ ਉਹਦੇ ਕੀ ਕੁੱਟਦੀ ਆ ਤੂੰ ਬੋਲੀ ਨਾ ਚੰਗਾ ਮੈਂ ਕੀ ਬੋਲਣਾ ਮੈਂ ਤੂੰ ਨਾ ਬੋਲੀ ਨਾ ਭਰਾ ਦਿਮਾਗ ਖਰਾਬ ਕਰ ਆਪਣਾ ਕੁਛ ਨੀ ਲੱਭਣਾ ਇਹਚੋਂ ਕਿਉਂ ਪੜ੍ਹਨਾ ਮਾੜਾ ਜਿੰਨਾ ਮਰਜ਼ੀ ਪੜ੍ਹੀ ਜਾ ਤੂੰ ਪਟਵਾਰੀ ਨਹੀਂ ਬਣ ਸਕਦੀ ਨਹੀਂ ਮੇਰੀ ਗੱਲ ਸੁਣੋ ਕੀ ਪਾਪਾ ਜੀ ਨਾਲ ਗੱਲ ਕਰੋ ਕਾਦੀ ਵੀ ਮੈਨੂੰ ਆਹ ਟੈਸਟ ਦੇ ਲੈਣ ਦੋ ਪਾਪਾ ਜੀ ਨੂੰ ਤਾਂ ਮੈਂ ਹੁਣ ਆਪਣੇ ਕੰਮ ਪੁੱਛਣੇ ਛੱਡ ਦੇ ਤੇਰਾ ਪੁੱਛਾਂ ਮੈਨੂੰ ਕੋਈ ਪਤਾ ਹੁੰਦਾ ਜੇ ਨੌਕਰੀ ਮਿਲ ਜੇ ਤੇ ਵਧੀਆ ਕਰ ਲਈਏ ਪਰ ਤੂੰ ਚੱਪੜ ਕੇ ਜਿਹੜਾ ਦੁਨੀਆ ਤੇ ਆਉਣ ਵਾਲਾ ਨਾ ਉਹਨੂੰ ਜੰਮ ਤੇ ਪਾਲ ਪੋਸ ਨਜ਼ਾਰੇ ਲੈ ਉਹਨੂੰ ਬਣਾਵਾਂਗੇ ਪਟਵਾਰੀ ਨਹੀਂ ਉਹ ਤੇ ਗੱਲ ਚੱਲ ਤੁਹਾਡੀ ਠੀਕ ਹੈ ਮੈਂ ਆਪਣੀ ਧਿਆਨ ਵੀ ਰੱਖੂੰਗੀ ਖਾਊਂ ਪੀਊਂਗੀ ਵੀ ਤੇ ਟੈਸਟ ਵੀ ਦੇ ਲੈਂਦੋ ਹਾਂ ਓਏ ਐਵੇਂ ਸ਼ਿਰਖ ਪਾਈ ਕਰਨ ਦਾ ਕੋਈ ਫਾਇਦਾ ਹੈਗਾ ਵਾ ਸਾਡੀ ਤੇ ਆਪਣੀ ਪਤਾ ਨਹੀਂ ਸਾਡੇ ਬੁੱਢੇ ਨੇ ਸਾਡੇ ਨਾਲ ਲਾਉਣੀ ਕਿ ਨਹੀਂ ਲਾਉਣੀ ਤੂੰ ਪਟਵਾਰੀ ਬਣ ਕੇ ਕੀ ਕਰਨਾ ਤੁਹਾਡੇ ਨਾਲ ਗੱਲ ਹੀ ਨਹੀਂ ਨਾ ਕਰਨੀ ਚਾਹੀਦੀ ਮੈਂ ਸਿੱਧਾ ਸੁਖ ਭਾਪਾ ਜੀ ਨੂੰ ਆਪ ਹੀ ਪੁੱਛਣਾ ਤੇ ਚੰਗੀ ਗੱਲ ਨੀ ਜੇ ਸਾਡੇ ਅੜਕੇ ਪਟਵਾਰੀਆਂ ਨੂੰ ਕੋਈ ਪੁੱਛ ਲੇ ਵੀ ਤੁਹਾਡੇ ਨਾਮ ਹੀ ਕੋਈ ਮਰਲਾ ਹੈਗਾ ਕਿ ਨਹੀਂ ਉੱਥੇ ਜਵਾਬ ਕੀ ਦੇਵਾਂਗੇ ਲੋਕਾਂ ਕਿਹੜਾ ਬਣੇ ਫਿਰਦੇ ਪਟਵਾਰੀ ਉਹ ਤਾਂ ਮੈਨੂੰ ਆਪ ਨੀ ਉਮੀਦ ਕਿ ਸਾਡੇ ਨਾਲ ਕੋਈ ਹੋਣਾ ਤੇ ਫਿਰ ਮੇਰਾ ਕੋਈ ਫਾਇਦਾ ਨੀ ਪੜਨ ਦਾ ਉਦਾਂ ਪੜਨਾ ਪੜਨਾ ਹੀ ਉਹਦੇ ਕਿਤੇ ਕੰਮ ਆ ਜਾਂਦਾ ਆ ਪਟਵਾਰੀ ਪਟੂੜੀ ਵਾਲਾ ਕੰਮ ਤੇ ਛੱਡਦੇ ਨਾ ਉਹਨੇ ਜਾਣ ਦੇਣਾ ਹੀ ਉਹ ਕਿਤੇ ਸਿੱਧੀ ਜੀ ਗੱਲ ਹੀ ਉਹ ਤਾਂ ਮੈਂ ਬਾਹਰ ਨਿਕਲਣਾ ਘਰੋਂ ਤੈਨੂੰ ਨਿਕਲ ਦੋ ਚਲ ਫੜੋ ਫਿਰ ਉਦਾਂ ਪੜਨ ਦਾ ਕੀ ਫਾਇਦਾ ਆਹੋ ਤੈਨੂੰ ਪਤਾ ਤੇ ਹੈਗਾ ਘਰ ਦੇ ਕਾਨੂੰਨਾਂ ਦਾ ਤੁਹਾਡੇ ਕਾਨੂੰਨ ਦੁਨੀਆ ਨਾਲੋਂ ਵੱਖਰੇ ਉਹ ਮੇਰੇ ਨੀ ਵੱਖਰੇ ਉਹ ਹੈਗਾ ਨਾ ਕਿ ਜੱਜ ਬੈਠਾ ਇੱਥੇ ਤੈਨੂੰ ਮੈਂ ਸਮਝਾਉਣ ਕੀ ਡਿਆ ਵੀ ਉਹਨੂੰ ਜਾਣ ਦੇਣਾ ਤੈਨੂੰ ਕਿਤੇ ਇਹ ਪੇਪਰ ਦੇਣ ਤੈਨੂੰ ਬਾਹਰ ਵੀ ਜਾਣਾ ਪੈਣਾ ਨੌਕਰੀ ਕਰਨ ਵੀ ਜਾਣਾ ਪੈਣਾ ਉਹਨੇ ਕਹਿਣਾ ਨੂੰਹਾਂ ਧੀਆਂ ਘਰ ਹੀ ਚੰਗੀਆਂ ਲੱਗਦੀਆਂ ਵਾ ਤੇ ਪੜਿਆ ਲਈਗਾ ਮੇਰਾ ਤੇ ਖੂਹ ਚ ਪੈ ਗਿਆ ਨਾ ਫਿਰ ਇਹ ਕੰਮ ਤਾਂ ਨੀ ਆਇਆ ਉਹਦੇ ਵੱਲੋਂ ਤੂੰ ਵੀ ਖੂਹ ਚ ਪੈ ਜਾਣਾ ਉਹਨੂੰ ਵੀ ਉਹਨਾਂ ਨੀ ਇਹ ਗੱਲ ਨੂੰ ਸਮਝਣਾ ਜਿਹੜੀ ਗੱਲ ਮੈਂ ਤੈਨੂੰ ਸਮਝਾਉਣ ਡਿਆ ਉਹ ਸਮਝਦੀ ਨੀ ਆ ਮੈਨੂੰ ਤੇ ਕੋਈ ਇਤਰਾਜ ਨੀ ਆ ਪੜੀ ਜਾ ਭਾਵੇਂ ਮੈਂ ਤਾਂ ਤੈਨੂੰ ਫਾਰਮ ਲਿਆ ਕੇ ਦੇ ਦਿਆ ਕਰੂੰ ਭਰ ਦਿਆ ਕਰੀ ਬਹਿਣ ਤੋਂ ਮੈਂ ਨੀ ਉੱਠਣਾ ਬੰਦਾ ਔਖੀ ਮੇਰੇ ਨਾਲ ਹੋਈ ਯਾਰ ਅੰਡੀ ਤੂੰ ਤੂੰ ਫਲ ਫਰੂਟ ਖਾਇਆ ਕਿ ਨਹੀਂ ਯਾਰੇ ਲੈ ਹਾਂ ਭੁੱਖ ਲੱਗੀ ਮੈਂ ਤੁਹੀ ਹਾਂ ਤੇ ਆਪਣੀਆਂ ਕਿਤਾਬਾਂ ਆਈ ਵੱਡੀ ਪਟਵਾਰ ਨਾਲ
ਗੱਲਾਂ ਨਾ ਸਮਝਾਉਣਾ ਉਹਨਾਂ ਨੂੰ ਗੱਲਾਂ ਨਾ ਸਮਝਾਉਣਾ ਵਾ ਨਾ ਤੂੰ ਆਪਣਾ ਨਾਂ ਦੱਸਦਾ ਨਾ ਤੂੰ ਆਪਣਾ ਘਰ ਦੱਸਦਾ ਇਹ ਤੈਨੂੰ ਪਾਗਲ ਨਹੀਂ ਹੈਗੀ ਤੇ ਡੰਗਰਾਂ ਨਾਲ ਗੱਲਾਂ ਕਰਦੇ ਨੂੰ ਅਕਲ ਹੈਗੀ ਆ ਨਾਂ ਦੱਸਿਆ ਤਾਂ ਹੈਗਾ ਵਾ ਕੀ ਨਾਂ ਤੇਰਾ ਤੇਜੂ ਲੱਲੋ ਅਜੇ ਉਹਨੂੰ ਸਾਹਿਬ ਨੂੰ ਬੂਟਾ ਦੱਸਣ ਡਿਆ ਸੀ ਤੇ ਹੁਣ ਤੇਜੂ ਤੇ ਕਦੀ ਭੋਲਾ ਤੇ ਕਦੀ ਭੋਲਾ ਮੇਰਾ ਨਾਂ ਰੋ ਬਲ ਜਾਂਦਾ ਜਾ ਆਪਣੀ ਸੁੱਕ ਟਿਕਾਣੇ ਕਰ ਜਾ ਕੇ ਡੰਗਰ ਬੰਨ ਕੇ ਤੇ ਮੈਨੂੰ ਨਾ ਸੱਟ ਲਾਰੀ ਚਲ ਜਾ ਇੱਥੋਂ ਲੈ ਕੇ ਇਹਨੂੰ ਬੀਬੀ ਰੋਟੀ ਮੰਗਣ ਡਈ ਓ ਡੰਗਰ ਜਿਆ ਰੋਟੀਆਂ ਮੰਗਦੀ ਓ ਕੱਲੀ ਸਬਜ਼ੀ ਨਹੀਂ ਖਾਂਦੀ ਏ ਜਾ ਆਪਣੇ ਘਰੋਂ ਜਾ ਕੇ ਲਿਆ ਜਿੱਥੋਂ ਆਇਆ ਵਾ ਉੱਥੋਂ ਆਪਣੀ ਬੁੱਢੀ ਨੂੰ ਕਹਿ ਰੋਟੀਆਂ ਪਕਾ ਕੇ ਦੇਵੇ ਤੇ ਲਿਆ ਕੇ ਪਾ ਦੇ ਹੱਥੋਂ ਤਾਂ ਨਹੀਂ ਪੱਕਦੀਆਂ ਮੇਰੀ ਰੋਟੀ ਹੈਗੀ ਆ ਤੇ ਤੇਰਾ ਸਭ ਕੁਝ ਹੋਊਗਾ ਤੂੰ ਉਹ ਨਿੱਕਾ ਵਾ ਤੂੰ ਮੈਨੂੰ ਛੱਡ ਆਵੇ ਤੁਹਾਨੂੰ ਕੀ ਪਤਾ ਤੂੰ ਕਿੱਥੋਂ ਬੁਲਾ ਆਈ ਆ ਅਸੀਂ ਤੈਨੂੰ ਕਿੱਥੇ ਛੱਡ ਆਈਏ ਤੇ ਬੰਬੇ ਹੋਇਆ ਵਾ ਅੱਛਾ ਕਾਹਤੇ ਆਇਆ ਜਾ ਇੱਥੇ ਅੱਛਾ ਕਿੰਨੇ ਪੈਸੇ ਲੱਗੇ ਜਹਾਜ ਦੇ ਉਦਾਂ ਮੈਂ ਕਹਿਤਾ ਮੈਂ ਮੇਰਾ ਨਾਂ ਚੱਲਦਾ ਵਾ ਅੱਛਾ ਤੇ ਸਾਨੂੰ ਵੀ ਲੈ ਜਾ ਬੰਬੇ ਫਿਰ ਮੈਂ ਤਾਂ ਕਿਹਾ ਤੈਨੂੰ ਹੀਰੋ ਬਣਾ ਦੇਣਾ ਜਾ ਪੰਕੀ ਜਾ ਹੀਰੋ ਬਣਾ ਨਾ ਬਾਜੀ ਟੁੱਟ ਗਈ ਓ ਐਂ ਜੀ ਮੈਂ ਵਿੱਚ ਡਿਆ ਪੈਣਾ ਵਾ ਜੇ ਮੈਂ ਬੈਠਾ ਵਿੱਚ ਤੇ ਬੜੀ ਸੋਹਣੀ ਲੱਗਣ ਡੀ ਆਹ ਕੀ ਆ ਡੱਡੂ ਜਿਹਾ ਬੰਬ ਨਾ ਪਤਾ ਹੀ ਘਰ ਭਾਈ ਸਾਰਾ ਹੀ ਉੱਡ ਜੇ ਬੰਬ ਰੱਖਿਆ ਜੀ ਇੱਕ ਹੱਥ ਮੈਂ ਵੀ ਸੁਣਨਾ ਸੱਚ ਮੈਂ ਵੀ ਉੱਡ ਜਾਣਾ ਬੰਬ ਕੱਢ ਦਈਏ ਅਜੇ ਚੱਲਿਆ ਨੀ ਠਾਦ ਕੀਤਾ ਹੀ ਨੀ ਖੁਸੜੀ ਬੰਬ ਪਾਪਾ ਇਹ ਬੈਠਾ ਨੀ ਜਾਣ ਡਿਆ ਉਹ ਤੂੰ ਨਿਆਣੇ ਵਾਲੀਆਂ ਖੇਡਾਂ ਕਿਉਂ ਖੇਡਦਾ ਵਾ ਤੈਨੂੰ ਸਮਝ ਦਿਮਾਗ ਤੇਰਾ ਕੰਮ ਨੀ ਕਰਦਾ ਇੱਥੇ ਬੈਠਾ ਨੀ ਜਾਣ ਡਿਆ ਹੁਟਾ ਲੈਣਾ ਮੈਂ ਇੱਥੇ ਕਿੱਦਾਂ ਬਹਿ ਜਾਏਗਾ ਤੂੰ ਇਹ ਨਿਆਣੇ ਦੀ ਖੇਡ ਵਾ ਤੇ ਮੈਂ ਵੀ ਨਿਆਣਾ ਹੀ ਆ ਦੱਸ ਹੈ ਤੈਨੂੰ ਕਦੋਂ ਸਮਝਣ ਲੱਗਣੀ ਆ ਹੁਣ ਤੋੜਨਾ ਦਵੀ ਦੱਸ ਇਹ ਖੁੱਲਣੀ ਬਾਰੀ ਖੁੱਲਣੀ ਏ ਆਹ ਦੇ ਵਿੱਚ ਬਹਿਣਾ ਵੇ ਦੇ ਇਹ ਚ ਕਿੱਦਾਂ ਬਹਿ ਜਾਏਗਾ ਪੁੱਤ ਕਿੱਦਾਂ ਬਹਿ ਜਾਏਗਾ ਫਿਰ ਉਹ ਗੱਲ ਮੈਨੂੰ ਗੁੱਸਾ ਚੜਾਉਂਦਾ ਗੁੱਸਾ ਨਾ ਕਰ ਪਾਪਾ ਅੱਜ ਲੱਤ ਰੱਖ ਵਿੱਚ ਦਾ ਇਹਦੇ ਵਿੱਚ ਵੇ ਦਾ ਬਹਿਣਾ ਆਹ ਕਿੱਥੋਂ ਛਦਾਈਆਂ ਨਾ ਵਾਹ ਪੈ ਗਿਆ ਸਾਡਾ ਛਦਾਈ ਕੌਣ ਤੇ ਤੂੰ ਛਦਾਈ ਆ ਕਿ ਤੂੰ ਕੀ ਆ ਤੈਨੂੰ ਨੀ ਪਤਾ ਲੱਗਦਾ ਵੀ ਅੱਜ ਬੈਂਚ ਬੈਠਾ ਜਾਊਗਾ ਮੈਂ ਨੀ ਸਦਾਈ ਬੀਬੀ ਸਦੈਣੀ ਆ ਬੀਬੀ ਕਿੱਦਾਂ ਸਦੈਣ ਉਹ ਵੀ ਦੱਸ ਕਿੱਦਾਂ ਸਦੈਣ ਬੀਬੀ ਉਹ ਲੜਦੀ ਰਹਿੰਦੀ ਤੇ ਜਿਹੜਾ ਲੜਦਾ ਉਹ ਸਦਾਈ ਹੁੰਦਾ ਵਾ ਤੇ ਹੋਰ ਉਹ ਤੈਨੂੰ ਸਮਝਾਉਂਦੀ ਆ ਉਹ ਐਦਾਂ ਐਦਾਂ ਹੱਥ ਮਾਰਦੀ ਸ਼ਰਮ ਤੇ ਐਦਾਂ ਹੀ ਮਾਰਨੇ ਜਦੋਂ ਸਦਾਈਆਂ ਨਾਲ ਵਾਹ ਪਿਆ ਹੋਵੇ ਤੇ
ਕਿੱਦਾਂ ਮਾਰੇ ਫਿਰ ਬੰਦਾ। ਚੱਲ ਪਾਪਾ ਘਰੋਂ ਜਾ ਤੂੰ, ਲੈ ਰੋਟੀ ਖਾ ਲਾ ਆਣ ਕੇ ਇੱਧਰ। ਉਹ ਆ ਗਈ ਉਹ ਬੀਬੀ, ਰੋਟੀ ਖਾਧੀ ਨਹੀਂ ਜੇ ਨੇ ਸਵੇਰ ਦੀ, ਰੋਟੀ ਜੇ ਮੈਂ ਖਾਣੀ ਆ। ਮੈਂ ਦੋ ਤਿੰਨ ਪੀੜ ਤਾਂ ਹੋਣੀ ਹੈ ਤੇਰੀ ਵੱਲ ਵੀ, ਤੂੰ ਜਦੋਂ ਕਹਿੰਦਾ ਮੈਂ ਨਹੀਂ ਹਲੇ ਖਾਣੀ। ਤੂੰ ਖਾਧੀ ਨਹੀਂ ਗੀ? ਪਤਾ ਨਹੀਂ ਮੈਂ ਖਾ ਮਨਪ੍ਰੀਤ